ਸਸ਼ੀਕਲ ਸਟੂਡੈਂਟਸ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਆਪਣੇ YouTube ਦੇ ਚੈਨਲ Delche Learning Point ਦੇ ਉੱਪਰ ਤੇ ਹੁਣ ਅਸੀਂ ਜਿਹੜੀ ਅਨਸਰ ਕੀ ਜਿਹੜੀ ਡਿਸਕਸ ਕਰਾਂਗੇ ਉਹ ਅਸੀਂ ਡਿਸਕਸ ਕਰਾਂਗੇ ਸਾਇੰਸ ਦੀ ਸੋ ਸਾਇੰਸ ਦੀ ਅਨਸਰ ਕੀ ਅਸੀਂ ਡਿਸਕਸ ਕਰਦੇ ਹਾਂ ਜੀ 66 ਕੁਐਸਚਨ ਮੇਰੇ ਕੋਲ ਜੋ ਸੈੱਟ ਹੈ ਉਹ ਜੋ ਸੈੱਟ ਹੈ ਜੀ ਉਹ ਡੀ ਹੈ ਜੋ ਮੇਰੇ ਕੋਲ ਸੈੱਟ ਹੈ ਜੀ ਉਹ ਸੈੱਟ ਡੀ ਹੈ ਸੋ ਅਸੀਂ ਡਿਸਕਸ ਕਰਦੇ ਹਾਂ ਕਿ ਵਨ ਆਫ ਦਾ ਫੋਲੋਇੰਗ ਡਸਨਟ ਹੈਵ ਅ ਨਿਊਕਲੀਅਸ ਥਿਸ ਵਨ ਇਸ ਸੋ ਜਿਹਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ ਉਹ ਕੀ ਹੁੰਦਾ ਸੋ ਲਾਲ ਖੂਨ ਸੈੱਲ ਹੁੰਦਾ ਜੀ ਸੋ ਰੈੱਡ ਬਲੱਡ ਸੈੱਲ ਸੋ 67 ਆ ਗਿਆ ਜੀ ਕਿ ਵਿੱਚ ਉਹਦਾ ਫੋਲੋਇੰਗ ਸਟੇਟਮੈਂਟਸ ਆਰ ਟ੍ਰੂ ਅਬਾਊਟ ਰੈਸਪੀਰੇਸ਼ਨਸ ਸੋ ਇਥੇ ਜੀ ਡੂਰਿੰਗ ਇਨਹੇਲੇਸ਼ਨ ਰਿਬਸ ਮੂਵ ਇਨਵਰਡ ਐਂਡ ਡਾਈਫਰਾਗਮ ਇਜ਼ ਰੇਸਡ ਉਸ ਤੋਂ ਬਾਅਦ ਜਿਵੇਂ ਪੰਜਾਬੀ ਚ ਅਸੀਂ ਪੜ੍ਹ ਲਈਏ ਸਾਤ ਬਾਦਲਾ ਪ੍ਰਕਿਰਿਆ ਐਲਿਓਵਲੀ ਵਿੱਚ ਹੁੰਦੀ ਹੈ ਸੋ ਇਹਦਾ ਜੋ ਸਹੀ ਆਪਸ਼ਨ ਹੈ ਜੀ ਉਹ ਹੈ ਜੀ 1 ਐਂਡ 2 ਵਾਲਾ ਮਤਲਬ ਕਿ ਫਰਸਟ অপਸ਼ਨ ਜਿਹੜਾ ਇਹਦਾ ਬਣੇਗਾ 1 ਐਂਡ 2 ਜਿਹੜੇ ਦੋਨੋਂ ਸਟੇਟਮੈਂਟ ਇੰਦੀਆ ਠੀਕ ਨੇ ਸੋ ਇਹ ਰੈੱਡ ਨਾਲ ਪਹਿਲਾਂ ਹੀ ਟਿੱਕ ਕੀਤੇ ਹੋਏ ਨੇ ਤੁਸੀਂ ਇੱਥੋਂ ਵੀ ਅੰਦਾਜ਼ਾ ਲਗਾ ਸਕਦੇ ਹੋ ਦਾ ਕਰੈਕਟ ਆਰਡਰ ਆਫ ਸਟੈਪਸ ਅਕਰਿੰਗ ਇਨ ਨਿਊਟ੍ਰੀਸ਼ਨ ਇਨ ਐਨੀਮਲਸ ਕਿ ਨਿਊਟ੍ਰੀਸ਼ਨ ਦਾ ਸਹੀ ਕ੍ਰਮ ਕੀ ਹੁੰਦਾ ਜੀ ਸੋ ਸੀ অপਸ਼ਨ ਹੈ ਜੀ ਕਿ ਇੰਜੈਕਸ਼ਨ ਇੰਜੈਕਸ਼ਨ ਡਾਈਜੈਸ਼ਨ ਐਬਜ਼ਾਰਪਸ਼ਨ ਐਬਜ਼ਾਰਪਸ਼ਨ ਐਸਿਮਿਲੇਸ਼ਨ ਤੇ ਐਜੈਕਸ਼ਨ ਉਸ ਤੋਂ ਬਾਅਦ ਹੈ ਜੀ ਵਿਚ ਆਫ ਦਾ ਫੋਲੋਇੰਗ ਮੋਲੀਕੂਲਰ ਫਾਰਮੂਲਾ ਕੋਰਸਪੋਂਡ ਟੂ ਇਥਾਈਲ ਬੁਟੈਨੋਕਟ ਐਸਟਰੇਟ ਸੋ C6H12O2 ਇਸ ਨੂੰ ਤੁਸੀਂ ਜਿਹੜਾ ਹੈ ਨੋਟ ਕਰ ਸਕਦੇ ਹੋ ਸੋ ਨੈਕਸਟ ਹੈ ਜੀ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ yellow luminous flame ਦੁਆਰਾ ਬਲਦਾ ਹੈ ਸੋ ਉਹ ਹੁੰਦਾ ਜੀ ਵੈਕਸ ਜਿਹੜਾ ਮੋਮ ਹੈ ਉਹ ਠੀਕ ਹੈ ਜੀ ਸੋ ਨੈਕਸਟ ਅਸੀਂ ਕੁਐਸਚਨ ਵੱਲ ਵਧਦੇ ਹਾਂ ਆਪਣਾ ਕਿ ਹਾਈਡਰੋਕਾਰਬਨ ਜਿਸ ਦੇ ਬਦਲੇਵੇਂ ਇਕਹਿਰੇ ਅਤੇ ਦੂਰੇ ਸੰਬੰਧ ਇੱਕ ਘੇਰੇ ਦੇ ਰੂਪ ਵਿੱਚ ਹੁੰਦੇ ਨੇ ਸੋ ਇਸ ਦਾ ਆਨਸਰ ਹੈ ਜੀ ਬੈਂਜ਼ੀਨ ਬਿਲਕੁਲ 100% ਅਨਸਰ ਕੀ ਜਿਹੜੀ ਹੈ ਤੁਹਾਡੇ ਨਾਲ ਡਿਸਕਸ ਕੀਤੀ ਜਾ ਰਹੀ ਹੈ ਬਿਲਕੁਲ 100% ਅਨਸਰ ਕੀ ਜਿਹੜੀ ਕਿ ਪੂਰੀ ਸ਼ੋਰ ਹੈ ਤੇ ਅਸੀਂ ਸਾਰੇ ਅਨਸਰ ਕਿਸ ਜਿਹੜਾ ਡਿਸਕਸ ਕਰ ਰਹੇ ਆ ਡਿਸਕ੍ਰਿਪਸ਼ਨ ਚ ਤੁਸੀਂ ਦੇਖੋਗੇ ਤੁਹਾਨੂੰ ਐਸਐਸਟੀ ਦਾ ਲਿੰਕ ਵੀ ਮਿਲ ਜਾਏਗਾ ਤੁਸੀਂ ਐਸਐਸਟੀ ਦੀ ਵੀ ਅਨਸਰ ਕੀ ਦੇਖ ਸਕਦੇ ਹੋ ਅਪਲੋਡ ਹੋ ਚੁੱਕੀ ਹੈ ਇਹ ਤੁਸੀਂ ਜੋ ਅਨਸਰ ਕੀ ਦੇਖ ਰਹੇ ਹੋ ਉਹ ਸਾਇੰਸ ਦੀ ਹੈ ਉਸ ਤੋਂ ਬਾਅਦ ਹੈ ਜਿੰਕ ਬਲੈਂਡ ਔਰ ਕਿਸ ਪ੍ਰਕਿਰਿਆ ਦੁਆਰਾ ਜਿੰਕ ਆਕਸਾਈਡ ਵਿੱਚ ਬਦਲਿਆ ਜਾ ਸਕਦਾ ਹੈ ਸੋ ਹੈ ਜੀ ਰੋਸਟਿੰਗ ਹੇਠ ਲਿਖਿਆਂ ਵਿੱਚੋਂ ਕਿਸ ਕੋਲ ਇੱਕ ਹੀ ਰੇ ਸੰਬੰਧ ਦੇ ਨਾਲ-ਨਾਲ ਤੀਰੇ ਸੰਬੰਧ ਵੀ ਹੁੰਦੇ ਹੈ ਜੀ ਉਹ ਹੈ ਜੀ ਇਥਾਈਨ ਉਸ ਤੋਂ ਬਾਅਦ ਹੈ ਜੀ ਇੱਕ ਨਮਕ ਜਿਸ ਦੇ ਤਰਲ ਕੋਲ ਦਾ ਪੀ ਐਚ 7 ਤੋਂ ਵੱਧ ਹੋਏਗਾ ਉਹ ਕੀ ਹੁੰਦੀ ਜੀ ਉਹ ਹੈ K2CO3 ਉਸ ਤੋਂ ਬਾਅਦ ਹੈ ਜੀ ਇੱਕ ਸੈਚੂਰੇਟਿਡ ਹਾਈਡਰੋਕਾਰਬਨ ਦੇ ਮੋਲੀਕਿਊਲ ਕੋਲ 50 ਹਾਈਡਰੋਜਨ ਐਟਮਸ ਨੇ ਮੋਲੀਕਿਊਲ ਕੋਲ ਕਿੰਨੇ ਕਾਰਬਨ ਐਟਮਸ ਹੋਣਗੇ ਸੋ ਇਹਦਾ ਹੈ ਜੀ 24 ਜਿਹੜੇ ਨੇ ਮੋਲੀਕਿਊਲ ਉਹਦੇ ਕੋਲ ਜਿਹੜੇ ਹੋਣਗੇ ਐਟਮਸ ਹੋਣਗੇ ਉਸ ਤੋਂ ਬਾਅਦ ਆ ਗਿਆ ਜੀ ਆਪਣਾ ਨੈਕਸਟ ਕੁਐਸਚਨ ਕਿ ਸਮੀਕਰਨ ਨੂੰ ਮੰਨਦੇ ਹੋਏ ਤਾਤ ਐਮਟ ਦੀ ਰਸਾਇਣਿਕ ਪ੍ਰਤੀਕਿਰਿਆ ਕੀ ਨਿਕਲ ਕੇ ਆਈ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਸਿੱਧਾ ਸਦਾ ਦਾ ਆਨਸਰ ਡੀ ਜਿਹੜਾ ਹੈ ਜੀ ਉਹ ਹੈਗਾ ਸਮੇਲ ਪ੍ਰਤੀਕਿਰਿਆ ਨਾਲ ਦੀ ਨਾਲ ਆਕਸੀਕਰਨ ਪ੍ਰਤੀਕਿਰਿਆ ਸੋ ਇਹ ਹੈ ਜੀ ਇਹਦਾ ਆਨਸਰ ਦਾ ਇੰਡੀਕੇਟਰਸ ਵਿਚ ਟਰਨ ਰੈਡ ਇਨ ਐਸਿਡ ਸੋਲੂਸ਼ਨਸ ਆਰ ਸੂਚਕ ਜਿਹੜੇ ਤੇਜਾਬੀ ਕੋਹਲ ਚ ਲਾਲ ਹੋ ਜਾਂਦੇ ਨੇ ਉਹ ਨੇ ਜੀ ਲਿਟਮਸ ਅਤੇ ਮਿਥਾਈਲ ਔਰੇਂਜ ਸੋ ਉਸ ਤੋਂ ਬਾਅਦ ਹੈ ਜੀ ਆਪਣਾ 78 ਕੀ ਵਨ ਆਫ ਦਾ ਫੋਲੋਇੰਗ ਡਸਨਟ ਹੈਪਨ ਡੂਰਿੰਗ ਅ ਕੈਮੀਕਲ ਰਿਐਕਸ਼ਨ ਜਿਹੜਾ ਕੈਮੀਕਲ ਰਿਐਕਸ਼ਨ ਦੇ ਹੁੰਦੇ ਰਸਾਇਣਿਕ ਪ੍ਰਤੀਕਿਰਿਆ ਦੇ ਦੌਰਾਨ ਜਿਹੜਾ ਨਹੀਂ ਹੁੰਦਾ ਸੋ ਇਸ ਦਾ ਜੋ ਆਨਸਰ ਹੈ ਜੀ ਉਹ ਐਸ ਸੀ ਆਪਸ਼ਨ ਕਿ ਇੱਕ ਤੱਤ ਦੇ ਐਟਮਸ ਨਵੇਂ ਉਤਪਾਦ ਬਣਾਉ ਲਈ ਇੱਕ ਦੂਜੇ ਤੱਤ ਵਿੱਚ ਬਦਲ ਜਾਂਦੇ ਨੇ ਸੋ ਸੀ ਆਪਸ਼ਨ ਆਨਸਰ ਹੈ ਜੀ ਇਹਦਾ 79 ਡੂਰਿੰਗ ਦਾ ਰਿਫਾਈਨਿੰਗ ਆਫ ਐਨ ਇੰਪਿਅਰ ਮੈਟਲ ਬਾਈ ਇਲੈਕਟ੍ਰੋਲਾਈਸਿਸ ਦਾ ਪਿਅਰ ਮੈਟਲ ਇਜ਼ ਡਿਸਪੋਜ਼ਡ ਐਟ ਸੋ ਇਹਦਾ ਹੈ ਜੀ ਐਟ ਕੈਥੋਡ ਕੈਥੋਡ ਤੇ ਜਿਹੜੀ ਹੈ ਜੀ ਹੋ ਜਾਂਦੀ ਹੈ ਸੋ ਕੱਚੀ ਜਿਹੜਾ ਪਰ ਇੱਕ ਧਾਤ ਦੀ ਕੱਚੀ ਧਾਤ ਹੈ ਸੋ ਇਹ ਸੀਨੇ ਬਾਹਰ ਜਿਹੜਾ ਹੈ ਉਹ ਕੱਚੀ ਧਾਤ ਹੋ ਜਾਂਦਾ ਹੈ ਜਿਸ ਤੋਂ ਉਸ ਤੋਂ ਬਾਅਦ ਹੈ ਜੀ ਸਰਕਾ ਵਿੱਚ ਲਗਭਗ ਸਰਕਾ ਇੱਕ ਲਗਭਗ ਮਿਸ਼ਰਣ ਹੈ ਕਾਦਾ ਮਿਸ਼ਰਣ ਹੈ ਜੀ 5 ਤੋਂ 8 ਪ੍ਰਤੀਸ਼ਤ ਇਥਾਨੋਇਕ ਐਸਿਡ ਦਾ ਮਿਸ਼ਰਣ ਹੈਗਾ ਜੀ ਵਿਚ ਆਫ ਦਾ ਫੋਲੋਇੰਗ ਡਸ ਨੋਟ ਇਨਵੋਲ ਅ ਕੈਮੀਕਲ ਰਿਐਕਸ਼ਨ ਸੋ ਹੈ ਜੀ ਮੈਲਟਿੰਗ ਆਫ ਅ ਕੈਂਡਲ ਵੈਕਸ অন ਹੀਟਿੰਗ ਗਰਮ ਹੋਣ ਤੇ ਮੋਮਬਤੀ ਮੋਮ ਦਾ ਪਿਗਲਣਾ ਸੋ ਉਸ ਤੋਂ ਬਾਅਦ ਹੈ ਜੀ ਆਪਣਾ ਡਾਇਮੰਡ ਟੂਥ ਸੋ ਇਜ਼ ਯੂਸੂਅਲੀ ਯੂਜ਼ਡ ਫਾਰ ਕਟਿੰਗ ਇਜ਼ ਅ ਮਾਰਬਲ ਸਲੈਬ ਪੱਥਰੀ ਲਈ ਸੈਲ ਨੂੰ ਉਸ ਤੋਂ ਬਾਅਦ ਜਿਆਦਾਤਰ ਰੁੱਖ ਹੇਟ ਲਿਖੇ ਵਿੱਚੋਂ ਇੱਕ ਰੂਪ ਵਿੱਚ ਨਾਈਟ੍ਰੋਜਨ ਸੋਖਦੇ ਹਨ ਸੋ ਹੈ ਜੀ ਨਾਈਟ੍ਰੇਟਸ ਅਤੇ ਨਾਈਟ੍ਰਾਈਟਸ ਦ ਨੈਕਸਟ ਹੈ ਜੀ ਖੂਨ ਦਾ ਦਬਾਅ ਮਾਪਣ ਵਾਲੇ ਯੰਤਰ ਨੂੰ ਕੀ ਕਹਿੰਦੇ ਨੇ ਸੋ ਹੈ ਜੀ ਉਹ ਹੈ ਜੀ ਸਾਈਗੋ ਸਾਈਗਮ ਮੈਨੋਮੀਟਰ ਠੀਕ ਹੈ ਜੀ ਸੋ ਇਸ ਨੂੰ ਤੁਸੀਂ ਦੇਖ ਸਕਦੇ ਹੋ ਸੋ ਇਹ ਸੀਗੀ ਜੀ ਸਾਇੰਸ ਦੀ ਅਨਸਰ ਕੀ ਜਿਸ ਤੇ 100% ਸ਼ੋਰਟੀ ਹੈ ਜਿਸ ਨੂੰ ਤੁਸੀਂ ਮੰਨ ਸਕਦੇ ਹੋ ਆਪਣੇ ਨੰਬਰ ਜੋੜ ਸਕਦੇ ਹੋ ਐਸਐਸਟੀ ਦੀ ਅਨਸਰ ਕੀ ਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਹੈ ਇਸ ਤੋਂ ਬਾਅਦ ਤੁਹਾਡੇ ਨਾਲ ਪੰਜਾਬੀ ਤੇ ਹਿੰਦੀ ਦੀ ਅਨਸਰ ਕੀ ਜਿਹੜੀ ਡਿਸਕਸ ਕੀਤੀ ਜਾਊਗੀ ਤੇ ਸਭ ਤੋਂ ਲਾਸਟ ਸ਼ਾਮ ਨੂੰ 6 ਵਜੇ ਤੇ ਕਰੀਬ ਤੁਹਾਡੇ ਨਾਲ ਮੈਥ ਦੇ ਕੁਐਸਚਨ ਡਿਸਕਸ ਕੀਤੇ ਜਾਣਗੇ ਸੋ ਜਰੂਰ 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 ਸਬਸਕ੍ਰਾਈਬ ਕਰੋ ਚੈਨਲ ਨੂੰ ਤਾਂ ਕਿ ਸਾਰੀ ਅਨਸਰ ਕੀ ਜਿਹੜੀ ਆ ਤੁਹਾਨੂੰ ਟਾਈਮ ਟੂ ਟਾਈਮ ਤੇ ਬੜੀ ਜਲਦੀ ਮਿਲੇ ਸੋ ਮਿਲਦੇ ਆ ਨੈਕਸਟ ਵੀਡੀਓ ਨਵੀਂ ਅਨਸਰ ਕੀ ਦੇ ਨਾਲ ਨਵੇਂ ਸਬਜੈਕਟ ਦੀ ਧੰਨਵਾਦ ਥੈਂਕ ਯੂ ਵੈਰੀ ਮਚ